ਸਿੱਧੂ ਮੂਸੇ ਵਾਲੇ ਦੀ ਹਵੇਲੀ ਦੇ ਬਾਹਰ ਆ। ਕੱਲ ਉਹਨਾਂ ਦਾ ਮਾਨਸਾ ਮੰਡੀ ਦੇ ਦਾਣਾ ਮੰਡੀ ਵਿੱਚ ਭੋਗ ਪੈਣਾ ਹੈ ਤਾਂ ਅੱਜ ਕਾਫੀ ਸਿਆਸੀ ਲੋਕ ਇੱਥੇ ਪਹੁੰਚੇ ਨੇ। ਇਸ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਆ ਹੋਰੀ ਪਹੁੰਚੇ ਤੇ ਹੁਣ ਇਸ ਵਕਤ ਸਾਡੇ ਨਾਲ ਬੀਬੀ ਕਮਲਦੀਪ ਕੌਰ ਰਾਜੋਆਣਾ ਮੌਜੂਦ ਨੇ, ਜਿਨ੍ਹਾਂ ਨੂੰ ਕਿ ਅਕਾਲੀ ਦਲ ਵੱਲੋਂ ਸੰਗਰੂਰ ਲੋਕ ਸਭਾ ਇਲੈਕਸ਼ਨ ਤੋਂ ਟਿਕਟ ਦਿੱਤੀ ਹੈ। ਬੀਬੀ ਜੀ, ਕਿਵੇਂ ਦੇਖਦੇ ਹੋ ਪਹਿਲਾਂ ਤੇ ਇਸ ਕਤਲ ਨੂੰ? ਪਰਿਵਾਰ ਦਾ ਹਾਲ ਕੀ ਹੈ? ਤੁਸੀਂ ਅੰਦਰ ਜਾ ਕੇ ਆਏ ਹੋ, ਪਰਿਵਾਰ ਨਾਲ ਗੱਲਬਾਤ ਕਰਕੇ ਆਏ ਹੋ, ਮਾਂ ਪਿਓ ਦਾ ਦੁੱਖ ਕਿਵੇਂ ਤੁਸੀਂ ਮਹਿਸੂਸ ਕੀਤਾ? ਬਿਆਨ ਤੋਂ ਬਾਹਰ ਦੀ ਗੱਲ ਹੈ ਜੀ। ਜਿਸ ਤਰ੍ਹਾਂ ਉਹਨਾਂ ਦੇ ਜਦ ਮਾਤਾ ਪਿਤਾ ਨੂੰ ਮਿਲਿਆ ਤਾਂ ਫਾਦਰ ਸਾਹਿਬ ਦਾ ਇੱਕ ਲਫ਼ਜ਼ ਹੀ ਮਤਲਬ ਦਿਲ ਨੂੰ ਹਿਲਾਉਣ ਵਾਲਾ ਸੀ ਕਿ ਕੱਲਾ ਪੁੱਤ ਸੀ। ਤਾਂ ਮਤਲਬ ਅਸੀਂ ਇਸ ਦਰਦ ਨੂੰ ਮਹਿਸੂਸ ਕਰਦੇ ਹਾਂ। ਸਾਡੇ ਮਾਂ ਬਾਪ, ਭੈਣ ਭਰਾ ਸ਼ਹੀਦ ਹੋਏ ਨੇ, ਮੇਰੇ ਵੱਡੇ ਭੈਣ ਸ਼ਹੀਦ ਹੋਏ ਨੇ, ਉਹਨਾਂ ਨੂੰ ਗੋਲੀਆਂ ਮਾਰੀਆਂ ਸੀ, 18 ਸਾਲ ਦੇ ਭਰਾ ਨੂੰ ਏਦਾਂ ਇਸ ਤਰ੍ਹਾਂ ਸੀ। ਤਾਂ ਸਾਡੇ ਦਰਦ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਮਹਿਸੂਸ ਕਰਦੇ ਹਾਂ। ਕਿਸੇ ਦਾ ਕੱਲਾ ਕੱਲਾ ਬੇਟਾ ਚਲੇ ਜਾਣਾ ਆਪਦੇ ਆਪ ਚ ਬਹੁਤ ਵੱਡੀ ਗੱਲ ਹੈ ਜੀ। ਅਸੀਂ ਤਾਂ ਸਿਰਫ ਉਹਨਾਂ ਦੇ ਦਰਦ ਦੇ ਵਿੱਚ ਸ਼ਾਮਲ ਹੋਣ ਆਏ ਸੀ, ਹੋਰ ਕੁਛ ਵੀ ਸਾਡਾ ਉਹ ਨਹੀਂ ਸੀਗਾ। ਭੈਣ ਜੀ, ਕਾਰਨ ਕੀ ਮੰਨਦੇ ਹੋ? ਸਰਕਾਰ ਦੀ ਨੈਗਲੀਜੈਂਸੀ ਹੈ ਜਾਂ ਫਿਰ ਜਿਵੇਂ ਲੋਕ ਕਹਿ ਰਹੇ ਨੇ ਕਿ ਤਰੱਕੀ ਜਾਰੀ ਕਰ ਗਿਆ ਤਾਂ ਤਰੱਕੀ ਲੋਕਾਂ ਤੋਂ ਨਹੀਂ ਜਰੀ ਗਈ, ਤੁਸੀਂ ਇਸ ਨੂੰ ਕਿਵੇਂ ਮੰਨਦੇ ਹੋ? ਜੀ, ਕਿਸੇ ਦੀ ਵੀ ਚਾਹੇ ਨਲੈਕੀ ਆ ਕੁਛ ਵੀ ਆ, ਮਾਂ ਬਾਪ ਦਾ ਕੱਲਾ ਪੁੱਤਰ ਚਲੇ ਗਿਆ ਜੀ, ਸਭ ਤੋਂ ਵੱਡੀ ਇਹ ਚੀਜ਼। ਆਪਾਂ ਤਾਂ ਇਹ ਕਹਿੰਦੇ ਆ ਕਿ ਕਿਸੇ ਦਾ ਵੀ ਇਸ ਤਰ੍ਹਾਂ ਬੱਚਾ ਜਾਣਾ ਨਹੀਂ ਚਾਹੀਦਾ ਜੀ। ਇੱਕ ਸਵਾਲ ਹੋਰ ਹੈ, ਤੁਸੀਂ ਭਾਈ ਸਾਹਿਬ ਨੂੰ ਮਿਲ ਕੇ ਆਏ ਹੋ, ਭਾਈ ਸਾਹਿਬ ਨਾਲ ਇਸ ਗੱਲ ਜਿਹੜੀ ਤੁਸੀਂ ਗੱਲ ਕਰਕੇ ਆਏ ਹੋ ਕਿ ਟਿਕਟ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ, ਉਸ ਤੋਂ ਇਲਾਵਾ ਭਾਈ ਸਾਹਿਬ ਨਾਲ ਕਿਹੜੀ ਗੱਲ ਹੋਈ, ਉਹਨਾਂ ਦੀ ਸਿਹਤ ਕਿਵੇਂ ਹੈ ਅਤੇ ਉਹਨਾਂ ਨੇ ਜੇਕਰ ਤੁਸੀਂ ਜਿੱਤਦੇ ਹੋ, ਜੇਕਰ ਲੋਕ ਤੁਹਾਨੂੰ ਸਾਥ ਦਿੰਦੇ ਨੇ ਤੁਹਾਡਾ, ਤਾਂ ਕਿਹੜੇ ਕਿਹੜੇ ਕੰਮ ਪਹਿਲਾਂ ਹੋਣਗੇ ਜਿਹੜੇ ਸੰਗਰੂਰ ਦੇ ਲੋਕਾਂ ਲਈ ਕੀਤੇ ਜਾਣਗੇ? ਜੀ, ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਸਾਡਾ ਇਹੀ ਹੈ ਕਿ ਜਿਹੜੇ ਸਾਡੇ ਬੇਇਨਸਾਫੀ ਹੋਈ ਹੈ, ਇੰਨੀ ਵੱਡੀ ਬੰਦੀ ਸਿੰਘਾਂ ਦੀ ਰਿਹਾਈ ਸਭ ਤੋਂ ਵੱਡਾ ਮਸਲਾ ਹੋਏਗਾ, ਕਿਉਂਕਿ ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਜੀ। ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਾਡਾ ਤਾਂ ਇੱਕੋ ਇੱਕ ਮਸਲਾ ਗਾ ਵੀ ਇਨਸਾਫ ਮਿਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਹੋ। ਬਹੁਤ ਸ਼ੁਕਰੀਆ ਜੀ। ਕੈਮਰਾ ਪਰਸਨ ਲਾਡੀ ਦੇ ਨਾਲ ਮਨਿੰਦਰਜੀਤ ਸਿੰਘ, ਜਗਬਾਣੀ ਟੀਵੀ, ਮੂਸਾ।